ਉਸ ਤੋਂ ਤੁਸੀਂ ਦੇਖਦੇ ਹੋ ਟਰੈਕਟਰ ਹਾਊਸ ਦੇ ਉੱਤੇ ਚੈਨਲ ਦੇ ਫੇਸਬੁੱਕ ਪੇਜ ਉਹ ਜਿਹੜਾ ਟਰੈਕਟਰ ਸੀਗਾ ਉਹ ਲਿਫਟੋਮੈਟਿਕ ਟਾਪੇ ਦੇ ਵਿੱਚ ਆ ਬਗੈਰ ਲਿਫਟੋਮੈਟਿਕ ਟਾਪੇ ਦੇ ਵਿੱਚ ਆ ਇਹਦੇ ਵਿੱਚ ਵੀ ਜਿਹੜੇ 18 ਕੇਜੀ ਦਾ ਐਕਵੇਟ ਆ 4 ਪਲੇਟ ਟੈਂਕ ਸਾਈਡ ਤੇ 4 ਪਲੇਟ ਟੈਂਕ ਸਾਈਡ ਤੇ ਹਾਈਡਰੋਸਟਿਕ ਪਾਵਰ ਥੱਲੇ ਲਗਾ ਦਿੱਤਾ ਗਿਆ ਧੜੀ ਜਿਹੜੀ ਆ ਇਹਦੀ ਕੋਈ ਬੜੀ ਮੋਟੀ ਔਰ ਅੱਛੀ ਲਗਾਈ ਹੈ ਉਸ ਤੋਂ ਬਾਅਦ ਟਰੈਕਟਰ ਦੀ ਉਚਾਈ ਜਿਹੜੀ ਹੈ ਉਹ ਵੀ ਕਾਫੀ ਉਚਾਈ ਹੈ ਦਬੰਗ ਦੇ ਨਾਲੋਂ ਇਹਦੀ ਇਹ ਜਿਹੜਾ ਪੱਪਾਂ ਨੂੰ ਕਲਰ ਜਿਹੜਾ ਇਹ ਵੀ ਓਰੇਂਜ ਕਰ ਦਿੱਤਾ ਗਿਆ ਇਹਨੂੰ ਟਾਇਰ ਜਿਹੜੇ ਇਹ ਵੀ ਐਗਰੀ ਟਰੈਕਟਰ ਦੇ ਟਾਇਰ ਹੈ 7016 ਦੇ ਬੈਕ ਤੇ ਵੀ ਸੇਮ ਹੀ ਇਹਦੇ ਵਿੱਚ ਵੀ ਪੇਂਟ ਕੁਆਲਿਟੀ ਜਿਹੜੀ ਸੇਮ ਹੀ ਦੋਨਾਂ ਨੂੰ ਦੇਖਣ ਨੂੰ ਮਿਲਦੀ ਹੈ ਥੱਲੇ ਨੀਚੇ ਗ੍ਰੇ ਕਲਰ ਦਾ ਜਿਸ ਤਰ੍ਹਾਂ ਦਾ ਮਿਲਿਆ ਤੈਨੂੰ ਟਰੈਕਟਰ ਮਿਲਦਾ ਸੀ ਉੱਪਰ ਜਿਹੜਾ ਆ ਉਹ ਔਰੇਂਜ ਕਲਰ ਕਰ ਦਿੱਤਾ ਗਿਆ ਬੜਾ ਖੂਬਸੂਰਤ ਜਿਹੜਾ ਉਹ ਸੂਟ ਕਰਦਾ ਪਿਆ ਇਹਨੂੰ ਨਿਊ ਲੈਣ ਨੂੰ ਇਹਦੇ ਵਿੱਚ ਵੀ ਇਹ ਟੋਟਾ ਡਾਲ ਦਿੱਤਾ ਗਿਆ ਪਲੇਟਫਾਰਮ ਜਿਹੜਾ ਉਹ ਖੁੱਲ੍ਹਾ ਕਰ ਦਿੱਤਾ ਗਿਆ ਇਹ ਵੇਖੋ ਜਿਹੜਾ ਦੂਸਰਾ ਸਾਦਾ ਟੱਪ ਹੈ ਜਿਸ ਤਰ੍ਹਾਂ ਦਾ ਅੱਗੇ ਨਿਊ ਲੈਣ ਨੂੰ ਆਉਂਦਾ ਉਹ ਜਿਹੜਾ ਸੀਗਾ ਉਹ ਲਿਫਟੋਮੈਟਿਕ ਟੱਪ ਹੈ ਇਹਦੇ 'ਤੇ ਬੈਕ 'ਤੇ ਵੀ 55 kg ਦੀ ਇੱਕ ਪਲੇਟ ਦੋ ਪਲੇਟਾਂ ਲਗਾਈਆਂ ਗਈਆਂ ਬੈਕ 'ਤੇ ਇਹਨੂੰ ਵੀ ਹੁੱਕ ਨਾਲ ਮਿਲਦੀ ਹੈ ਅਤੇ ਟਾਪ ਲਿੰਕ ਨਾਲ ਮਿਲਦੀ ਹੈ ਇਹ ਵੀ ਐਡਜਸਟੇਬਲ ਹੁੱਕ ਹੈ ਅਤੇ ਇੱਧਰਲੀ ਸਾਈਡ 'ਤੇ ਵੀ 55 kg ਦੀ ਇੱਕ ਪਲੇਟ 55 ਦੀ ਦੋ ਅਤੇ ਇਹ ਦੇਖੋ ਜੀ ਅਤੇ 7 ਹੈ ਉਸ ਤੋਂ ਬਾਅਦ ਇਹਦੇ ਨੀਚੇ ਜਿਹੜਾ ਉਹ ਫਿਲਟਰ ਨਹੀਂ ਲਗਾਇਆ ਗਿਆ ਉਹਦੇ ਨੀਚੇ ਜਿਹੜਾ ਲਿਫਟੋਮੈਟੀ ਸੀ ਉਹਦੇ ਥੱਲੇ ਫਿਲਟਰ ਲਗਾਇਆ ਗਿਆ ਡਰਾਲਕ ਦੇ ਥੱਲੇ ਇਹਦੇ ਥੱਲੇ ਨਹੀਂ ਲਗਾਇਆ ਗਿਆ ਇਹਦੇ ਥੱਲੇ ਆ ਜਿਹੜਾ ਕਿ ਪੁਰਾਣੇ ਨਿਊ ਲੈਣ ਨੂੰ ਆਉਂਦਾ ਹੁੰਦਾ ਸੀਗਾ ਡਰਾਲਕ ਫਿਲਟਰ ਇਸ ਜਗ੍ਹਾ 'ਤੇ ਉਹ ਇਹ ਵਾਲਾ ਹੀ ਹੈ ਉਸ ਤੋਂ ਬਾਅਦ ਪੇਂਟ ਕੁਆਲਿਟੀ ਅਤੇ ਮੇਡ ਕੁਆਲਿਟੀ ਜਿਹੜੀ ਆ ਉਹ ਦੋਨਾਂ ਟਰੈਕਟਰਾਂ ਦੀ ਸੇਮ ਹੀ ਹੈ ਵੀ 85 HP ਕੈਟਾਗਰੀ ਦਾ 85 HP ਦਾ ਘੜੀ ਇਹਨੂੰ ਵੀ ਲਗਾਈ ਗਈ ਉਹਨੂੰ ਵੀ ਬਾਕੀ ਜਿਹੜੀ ਮੇਜਰ ਤਬਦੀਲੀ ਇਹਨਾਂ ਦੋਨਾਂ ਵਿੱਚ ਉਹ ਲਿਫਟੋਮੈਟਿਕ ਔਰ ਜਿਹੜਾ ਇੱਥੇ ਆ ਹਾਈਡ੍ਰਾਲਿਕ ਪੰਪ ਦੇ ਵਿੱਚ ਫਿਲਟਰ ਲਗਾਇਆ ਗਿਆ ਬਸ ਇਹ ਦੋ ਮੇਜਰ ਤਬਦੀਲੀਆਂ ਬਾਕੀ ਜਿਹੜੀ ਸੇਮ ਹੀ ਲਿਫਟੋਮੈਟਿਕ ਔਰ ਜਿਹੜਾ ਦੂਸਰਾ ਸੇਮ ਹੀ ਬਣਾਇਆ ਗਿਆ ਅਤੇ ਹਾਈਡਰੋਸਟਿਕ ਪਾਵਰ ਵੀ ਲਗਾਇਆ ਗਿਆ ਇਹਦੇ ਉੱਪਰ ਬੈਠ ਕੇ ਜਿਹੜਾ ਵਿਊ ਆਉਂਦਾ ਉਹ ਵੀ ਸੇਮ ਹੀ ਆ ਡੈਸ਼ਬੋਰਡ ਵੀ ਸੇਮ ਹੀ ਆ ਇਸ ਤਰ੍ਹਾਂ ਦਾ ਵਿਊ ਆ ਉੱਪਰ ਬੈਠ ਕੇ ਇੱਧਰਲੀ ਸਾਈਡ ਤੋਂ ਔਰ ਇੱਧਰਲੀ ਸਾਈਡ ਤੋਂ ਉੱਧਰਲੀ ਸਾਈਡ 'ਤੇ ਜਿਹੜਾ ਉਹ ਟੂਲ ਬੋਕਸ ਮਿਲਦਾ ਦੇਖਣ ਨੂੰ ਜਿਹੜੀ ਆ ਉਹ ਪੇਂਟ ਕੁਆਲਿਟੀ ਜਿਹੜੀ ਨਾ ਉਹ ਬੜੀ ਖੂਬਸੂਰਤ ਲੱਗੀ ਆ ਮੈਨੂੰ ਜਿਹੜੀ ਜਿਹੜੀ ਇਹਨਾਂ ਦੀ ਕਲਰ ਚੁਆਇਸ ਹੈ ਨਾ ਬਹੁਤ ਕਮਾਲ ਦੀ ਕਲਰ ਚੁਆਇਸ ਹੈ ਇਹਦੇ ਵਿੱਚ ਜਿਹੜੀ ਦਬੰਗ ਨੂੰ ਬੜਾ ਸੂਟ ਕਰਦਾ ਪਿਆ ਯਕੀਨ ਮੰਨ ਤੁਸੀਂ ਵੀਡੀਓ ਦੇ ਵਿੱਚ ਤਾਂ ਨਹੀਂ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਨਾ ਲੇਕਿਨ ਰੀਅਲ 'ਚ ਅਗਰ ਤੁਸੀਂ ਦੇਖੋ ਨਾ ਤਾਂ ਬੜਾ ਖੂਬਸੂਰਤ ਲੱਗਦਾ ਹੈ ਔਰੇਂਜ ਕਲਰ ਜਿਹੜਾ ਇਹ ਆ ਜੀ ਇਹਦੀ ਫਾਈਨਲ ਲੁੱਕ ਨਿਊ ਲੈਂਡ ਅਲਗਾ ਜੀ ਟਰੈਕਟਰ ਲਿਮਿਟਿਡ ਮਿੰਟ ਬੋਕਸ ਦਾ ਰਾਏ ਤੁਸੀਂ ਲਾਜ਼ਮੀ ਦੇਣਾ ਟਰੈਕਟਰ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਥੈਂਕਸ ਫੋਰ ਵਾਚਿੰਗ